ਨਾਮ ਲਮਨੀਤ ਸਿੰਘ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਔਰ ਐਟ ਦੀ ਟਾਈਮ ਆਈਸਕ੍ਰੀਮ ਦਾ ਕੰਮ ਕਰ ਰਹੇ ਹਾਂ ਸਟੱਡੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਫਸਟਲੀ ਮੈਂ ਡਿਪਲੋਮਾ ਕੀਤਾ ਸੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਤੋਂ ਮੈਂ ਐਜ਼ ਏ ਇਲੈਕਟ੍ਰੀਕਲ ਇੰਜੀਨੀਅਰ ਮੈਂ ਜੋਬ ਕਰਦਾ ਸੀ ਅਕਾਲ ਅਕੈਡਮੀ ਦੇ ਵਿੱਚ ਕਲਗੀਧਰ ਸੁਸਾਇਟੀ ਬੜੂ ਸਾਹਿਬ ਦੇ ਵਿੱਚ ਉੱਥੇ ਮੈਂ 6 ਸਾਲ ਜੋਬ ਕੀਤੀ ਹੈ ਅਤੇ ਲਾਸਟ ਮੈਂ 2 ਮੰਥ ਪਹਿਲਾਂ ਹੀ ਜੋਬ ਲੀਵ ਕਰਕੇ ਆਇਆ ਇੱਕ ਵਾਰ ਬੜਾ ਗਿਲਟੀ ਜਿਹਾ ਫੀਲ ਹੁੰਦਾ ਸੀ ਸਟਾਰਟਿੰਗ ਦੇ ਵਿੱਚ ਖੁਦ ਵੀ ਸੰਗ ਸ਼ਰਮ ਆਉਂਦੀ ਸੀ ਕਿ ਉਹ ਸਾਨੂੰ ਇਹ ਸੀ ਕਿ ਕੋਈ ਸਾਨੂੰ ਕੀ ਬੋਲੂਗਾ ਕਹਿੰਦੇ ਨੇ ਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਅਸੀਂ ਬਸ ਉਹ ਰੋਗ ਨੂੰ ਖਤਮ ਕੀਤਾ ਪੇਰੈਂਟਸ ਮੈਮ ਮੇਰੇ ਫਾਦਰ ਸਾਹਿਬ ਟੀਚਰ ਸੀ ਗੌਰਮੈਂਟ ਟੀਚਰ ਸੀ ਹਰਿਆਣੇ ਦੇ ਵਿੱਚ ਮਦਰ ਮੇਰੇ ਸਕੂਲ ਟੀਚ ਕਰਦੇ ਸਾਡਾ ਆਪਣਾ ਪ੍ਰਾਈਵੇਟ ਸਕੂਲ ਸੀ ਪੰਜਾਬ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਸਕੂਲ ਕਲੋਜ਼ ਕਰਕੇ ਫਾਦਰ ਸਾਹਿਬ ਨੇ ਜਦੋਂ ਉੱਥੋਂ ਜੋਬ ਤੋਂ ਰਿਟਾਇਰ ਹੋ ਸੀ ਉਸ ਤੋਂ ਬਾਅਦ ਪਟਿਆਲਾ ਸ਼ਿਫਟ ਹੋ ਗਏ 6 ਸਾਲ ਪਹਿਲਾਂ ਪਟਿਆਲਾ ਸ਼ਿਫਟ ਹੋਣ ਤੋਂ ਬਾਅਦ ਬਸ ਇੱਥੇ ਅਸੀਂ 6 ਸਾਲ ਤੋਂ ਰਹਿ ਰਹੇ ਹਾਂ ਪਟਿਆਲੇ ਦੇ ਵਿੱਚ ਕਦੇ ਆਪਣਾ ਹੈ ਸੀ ਪਹਿਲਾਂ ਡ੍ਰੀਮ ਹੈ ਸੀ ਕਿ ਚਲੋ ਆਪਣਾ ਅਸੀਂ ਕੁਛ ਨਾ ਕੁਛ ਆਪਣਾ ਕੰਮ ਕਰਾਂਗੇ ਲਾਸਟ ਈਅਰ ਅਸੀਂ ਕੰਮ ਸ਼ੁਰੂ ਕੀਤਾ ਸੀ ਜੁਲਾਈ ਦੇ ਵਿੱਚ ਕਰੋਨਾ ਟਾਈਮ ਜਦੋਂ ਲੋਕਡਾਊਨ ਸੀ ਲੋਕਡਾਊਨ ਦੇ ਵਿੱਚ ਅਸੀਂ ਘਰ ਫ੍ਰੀ ਬੈਠੇ ਸੀ ਫ੍ਰੀ ਬੈਠਣ ਦੇ ਕਾਰਨ ਕੋਈ ਸੋਰਸ ਹੈ ਨਹੀਂ ਸੀ ਇਨਕਮ ਦਾ ਮਨ ਦੇ ਵਿੱਚ ਆਇਆ ਕਿ ਕੁਛ ਨਾ ਕੁਛ ਆਪਣਾ ਕਰੀਏ ਕਿਉਂਕਿ ਇਨਕਮ ਜ਼ਰੂਰੀ ਹੈ ਖਰਚੇ ਚਲਾਉਣੇ ਸੀ ਪਰਿਵਾਰ ਦੇ ਅਸੀਂ ਫਿਰ ਬਸ ਫ੍ਰੀ ਬੈਠੇ ਸੀ ਮਨ 'ਚ ਆਇਆ ਕਿ ਚਲੋ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰਕੇ ਦੇਖਦੇ ਹਾਂ ਫਿਰ ਉਸ ਟਾਈਮ ਅਸੀਂ ਆਈਸਕ੍ਰੀਮ ਦਾ ਕੰਮ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਅਸੀਂ ਕੰਟੀਨਿਊ ਪਹਿਲਾਂ ਅਸੀਂ ਫੁੱਲ ਟਾਈਮ ਕਰ ਰਹੇ ਸੀ ਜਦੋਂ ਸਾਡਾ ਚਲੋ ਜੋਬ ਦਾ ਸਾਡਾ ਸਟਾਰਟਿੰਗ ਹੋਇਆ ਅਸੀਂ ਡਿਊਟੀ ਵੀ ਕਰਦੇ ਸੀ ਫਿਰ ਉਸ ਟਾਈਮ ਵੀ ਅਸੀਂ ਪਾਰਟ ਟਾਈਮ ਕਰਦੇ ਰਹੇ ਫਿਰ ਇਸ ਈਅਰ ਤੋਂ ਅਸੀਂ ਸਟਾਰਟਿੰਗ ਤੋਂ ਹੀ ਕਰ ਰਹੇ ਹਾਂ ਫੈਬ ਤੋਂ ਲੋਕਡਾਊਨ ਸੀ ਅਸੀਂ ਜਾਂਦੇ ਵੀ ਨਹੀਂ ਸੀ ਸੈਲਰੀ ਸਾਨੂੰ ਵਰਕਿੰਗ ਡੇ ਦੀ ਮਿਲਣੀ ਸੀ ਚਲੋ ਫ੍ਰੀ ਬੈਠੇ ਰਹੇ ਉਸ ਤੋਂ ਬਾਅਦ ਮਨ ਦੇ ਵਿੱਚ ਇੱਕ ਦੋ ਡਰਾਈਵ ਮੈਂ ਦੇਖੀਆਂ ਜ਼ਿਆਦਾ ਮੈਂ ਲੋਕਡਾਊਨ ਸੀ ਕੋਈ ਡਰਾਈਵ ਲੱਗਦੀ ਨਹੀਂ ਸੀ ਮੈਂ ਔਨਲਾਈਨ ਥੋੜ੍ਹਾ ਬਹੁਤਾ ਸਰਚ ਕੀਤਾ ਮੈਨੂੰ ਕੰਟੈਕਟ ਨੰਬਰ ਨਹੀਂ ਮਿਲ ਰਿਹਾ ਸੀ ਡਿਸਟ੍ਰੀਬਿਊਟਰ ਦਾ ਬੜੀ ਮੁਸ਼ਕਲ ਡਿਸਟ੍ਰੀਬਿਊਟਰ ਦਾ ਕੰਟੈਕਟ ਨੰਬਰ ਮਿਲਿਆ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਸਾਡੀ ਇਹ ਪ੍ਰੋਫਾਈਲ ਆ ਅਸੀਂ ਲੋਕਡਾਊਨ ਦੇ ਵਿੱਚ ਫ੍ਰੀ ਬੈਠੇ ਹਾਂ ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਵੀ ਸਪੋਰਟ ਕੀਤੀ ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਣਾ ਕੰਮ ਕਰੋ ਅਸੀਂ ਤੁਹਾਨੂੰ ਡਰਾਈਵ ਦੇ ਦਿੰਦੇ ਹਾਂ ਸਕਿਉਰਟੀ ਪੇ ਕਰਕੇ ਡਰਾਈਵ ਦਿੱਤੀ ਉਹਨਾਂ ਨੇ ਉਸ ਤੋਂ ਬਾਅਦ ਉਹ ਵੀ ਵਧੀਆ ਸਪੋਰਟ ਕੀਤੀ ਉਹਨਾਂ ਨੇ ਸਾਨੂੰ ਸਟਾਰਟਿੰਗ ਇੱਕ ਵਾਰ ਸਾਡਾ ਕੰਮ ਸਟਾਰਟ ਹੋ ਗਿਆ ਇਹਦੇ ਵਿੱਚ ਇਨਵੈਸਟਮੈਂਟ ਥੋੜ੍ਹੀ ਸੀ ਅਸੀਂ ਆਪਣਾ ਮਾਲ ਲਗਾਇਆ ਇੱਕ ਵਾਰ ਮਾਲ ਲਗਾ ਕੇ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਬਸ ਉਸ ਤੋਂ ਬਾਅਦ ਅਸੀਂ ਕੰਟੀਨਿਊ ਚੱਲਦੇ ਆ ਰਹੇ ਹਾਂ ਪਰਿਵਾਰ ਦੇ ਵਿੱਚ ਵੀ ਫਾਦਰ ਸਾਹਿਬ ਨੇ ਵੀ ਕਿਹਾ ਵੀ ਚਲੋ ਤੁਸੀਂ ਇੰਨੀ ਸਟੱਡੀ ਕੀਤੀ ਹੈ ਤੁਸੀਂ ਕੀ ਕਰਨ ਲੱਗੇ ਹੋ ਮਦਰ ਨੇ ਵੀ ਥੋੜ੍ਹਾ ਬਹੁਤਾ ਇੱਕ ਦੋ ਵਾਰ ਕਿਹਾ ਪਰ ਉਹਨਾਂ ਨੇ ਸਪੋਰਟ ਵੀ ਕੀਤੀ ਵੀ ਚਲੋ ਠੀਕ ਹੈ ਤੁਸੀਂ ਆਪਣਾ ਕੁਛ ਵੀ ਕਰ ਰਹੇ ਹੋ ਤਾਂ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਤੁਹਾਡੀ ਆਪਣੀ ਥਿੰਕਿੰਗ ਹੈ ਤੁਸੀਂ ਹੁਣ ਤਾਂ ਸਿਆਣੇ ਹੋ ਗਏ ਆਪਣਾ ਡਿਸੀਜਨ ਤੁਸੀਂ ਖੁਦ ਲੈ ਸਕਦੇ ਹੋ ਬਾਕੀ ਸਾਨੂੰ ਸਟਾਰਟਿੰਗ ਦੇ ਵਿੱਚ ਬੜੀਆਂ ਪ੍ਰੋਬਲਮਸ ਆਈਆਂ ਸਾਨੂੰ ਰਿਲੇਟਿਵਸ ਵੱਲੋਂ ਜਾਂ ਕਿਤੇ ਹੋਰ ਜੋ ਵੀ ਫਰੈਂਡਸ ਵਗੈਰਾ ਸਰਕਲ ਹੋ ਗਿਆ ਗਲੀ ਗੁਆਂਢ ਹੋ ਗਿਆ ਬੜਾ ਸਾਨੂੰ ਕਈਆਂ ਨੇ ਕਿਹਾ ਕਿ ਨਹੀਂ ਤੁਸੀਂ ਕਿਹੜੇ ਕੰਮ 'ਚ ਪੈ ਗਏ ਇਹ ਕੰਮ ਕਿਉਂ ਕਰ ਰਹੇ ਹੋ ਤੁਸੀਂ ਵਧੀਆ ਐਜੂਕੇਟਡ ਹੋ ਪਰ ਨਹੀਂ ਸਾਡਾ ਕੁਛ ਡ੍ਰੀਮ ਸੀ ਕੁਛ ਆਪਣਾ ਕਰੀਏ ਹਮੇਸ਼ਾ ਤੋਂ ਇਹ ਰਹੀਏ ਕਿ ਅਸੀਂ ਕਿਸੇ ਨੂੰ ਕੁਛ ਨਾ ਕੁਛ ਕੰਮ ਦੇ ਸਕੀਏ ਇਹ ਨਾ ਹੋਵੇ ਅਸੀਂ ਸੈਲਰੀ 'ਤੇ ਡਿਪੈਂਡ ਨਾ ਹਮੇਸ਼ਾ ਰਹੀਏ ਬਸ ਇਹ ਸੀ ਚਲੋ ਪਰਮਾਤਮਾ ਨੇ ਬਾਂਹ ਫੜਨੀ ਸੀ ਮਨ ਦੇ ਵਿੱਚ ਆਈਡੀਆ ਆਇਆ ਪਰਮਾਤਮਾ ਨੇ ਇਸੇ ਜ਼ਰੀਏ ਸਾਨੂੰ ਕੁਛ ਨਾ ਕੁਛ ਅੱਗੇ ਵਧਾ ਕੇ ਲੈ ਕੇ ਜਾਣਾ ਸੀ ਅਸੀਂ ਚਲੋ ਆਪਣਾ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਥੋੜ੍ਹਾ ਕੰਮ ਸਾਨੂੰ ਚੰਗਾ ਲੱਗਣ ਲੱਗਿਆ ਕਿ ਜੋ ਆਪਣਾ ਕੰਮ ਕਰ ਰਹੇ ਹਾਂ ਮੇਨਲੀ ਸਾਨੂੰ ਜੋ ਇਹਦੇ ਵਿੱਚ ਕੰਮ ਦੇ ਵਿੱਚ ਚੰਗੀ ਚੀਜ਼ ਲੱਗੀ ਅਸੀਂ ਕਿਸੇ ਨੂੰ ਝੂਠ ਨਹੀਂ ਬੋਲਦੇ ਪ੍ਰਿੰਟ ਰੇਟ 'ਤੇ ਸਮਾਨ ਆਉਂਦਾ ਪ੍ਰਿੰਟ ਦੇ ਰੇਟ 'ਤੇ ਸੇਲ ਕਰਨਾ ਸਾਨੂੰ ਇਹ ਸਭ ਤੋਂ ਵੱਡੀ ਅਸੀਂ ਸੱਚਾਈ ਦੇ ਨਾਲ ਕੰਮ ਕਰ ਰਹੇ ਹਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਹਾਂ ਸੱਚਾਈ ਦੇ ਨਾਲ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਬ੍ਰਦਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਮੈਂ ਕੰਮ ਕਰ ਰਿਹਾ ਤੂੰ ਵੀ ਅਗਰ ਦੇਖ ਲਾ ਪਾਰਟ ਟਾਈਮ ਆਪਾਂ ਸ਼ੁਰੂ ਕਰ ਲਈਏ ਥੋੜ੍ਹਾ ਆਪਣਾ ਹੋਰ ਕੰਮ ਅੱਗੇ ਆਪਾਂ ਅਪਗ੍ਰੇਡ ਹੋ ਜਾਵਾਂਗੇ ਕਹਿੰਦਾ ਕੋਈ ਗੱਲ ਨਹੀਂ ਉਹਨਾਂ ਨੇ ਪਾਰਟ ਟਾਈਮ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਸਕੂਲ ਵੀ ਲੱਗ ਗਏ ਮੇਰੀ ਵੀ ਜੋਬ ਸਟਾਰਟਿੰਗ ਹੋ ਗਈ ਮੈਂ ਜੋਬ ਤੋਂ ਫ੍ਰੀ ਹੁੰਦਾ ਸੀ 6:30 ਵਜੇ ਉਸ ਤੋਂ ਬਾਅਦ ਅਸੀਂ ਦੋਨੋਂ ਪਾਰਟ ਟਾਈਮ ਕੰਟੀਨਿਊ ਕਰਕੇ ਰੱਖਿਆ ਸੀ ਅਸੀਂ ਨਵੰਬਰ ਦੇ ਵਿੱਚ ਲਾਸਟ ਇਅਰ ਨਵੰਬਰ ਦੇ ਵਿੱਚ ਕਲੋਜ਼ ਕੀਤਾ ਸੀ ਜਦੋਂ ਸੀਜ਼ਨ ਆਫ ਹੋ ਜਾਂਦਾ ਆਈਸਕ੍ਰੀਮ ਦਾ ਫਿਰ ਇਸ ਵਾਰ ਸਾਡਾ ਸ਼ੁਰੂ ਤੋਂ ਸਾਡੀ ਪਲੈਨਿੰਗ ਇਹ ਸੀ ਵੀ ਅਸੀਂ ਜੋਬ ਦਾ ਦੇਖਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਆਪਣਾ ਕੰਮ ਥੋੜ੍ਹਾ ਦੇਖੀਏ ਕਿਉਂ ਅਸੀਂ ਲਾਸਟ ਇਅਰ ਕੰਮ ਕਰ ਚੁੱਕੇ ਸੀ ਸਾਨੂੰ ਇਸ ਬਾਰੇ ਨੌਲੇਜ ਸੀ ਫਿਰ ਇਸ ਵਾਰੀ ਅਸੀਂ ਸਟਾਰਟਿੰਗ ਤੋਂ ਫੈਬ ਤੋਂ ਅਸੀਂ ਕੰਮ ਸ਼ੁਰੂ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ ਸੀ ਲੋ ਇਨਵੈਸਟਮੈਂਟ ਤਾਂ ਥੋੜ੍ਹੇ ਬਹੁਤੇ ਪੈਸੇ ਹੈ ਸੀ ਅਸੀਂ ਕੰਮ ਸ਼ੁਰੂ ਕਰ ਲਿਆ ਅਸੀਂ ਪੇਰੈਂਟਸ ਨੂੰ ਨਹੀਂ ਕਿਹਾ ਕਿ ਸਾਨੂੰ ਪੈਸੇ ਦਿਓ ਅਸੀਂ ਕੰਮ ਸ਼ੁਰੂ ਕਰ ਲਿਆ ਅਸੀਂ ਆਪਣੇ ਕੋਲੋਂ ਅਰੇਂਜ ਕਰਕੇ ਅਸੀਂ ਕੰਮ ਸ਼ੁਰੂ ਕਰ ਲਿਆ ਦਿੱਕਤਾਂ ਸਾਨੂੰ ਇਹੀ ਨਹੀਂ ਪਤਾ ਸੀ ਕਿ ਕਸਟਮਰ ਨੂੰ ਆਈਸਕ੍ਰੀਮ ਅਸੀਂ ਸੇਲ ਕਿਵੇਂ ਕਰਨੀ ਸਾਨੂੰ ਕਿਸੇ ਆਈਟਮ ਬਾਰੇ ਨਹੀਂ ਪਤਾ ਸੀ ਕੀ ਚੀਜ਼ ਆਉਂਦੀ ਹੈ ਕੀ ਨਹੀਂ ਆਉਂਦੀ ਸਾਨੂੰ ਕਿਸੇ ਚੀਜ਼ ਦਾ ਨੇਮ ਨਹੀਂ ਪਤਾ ਕਸਟਮਰ ਆ ਕੇ ਸਾਨੂੰ ਡਿਮਾਂਡ ਕਰਦਾ ਸੀ ਸਾਨੂੰ ਪ੍ਰਾਈਸ ਬੋਰਡ ਦੇਖਣਾ ਪੈਂਦਾ ਸੀ ਕਿ ਸਾਡੇ ਕੋਲ ਇਹ ਚੀਜ਼ ਹੈਗੀ
उस तो बाद जिमें जिमें असी अगे अगे साडा डेली कस्टमर आते रहे सूँ पता चलता गया सूँ हर चीज़ का नेम भी पता लगता गया उस तो बाद सर रूटीन बन गई अगे कोई प्रॉब्लम नहीं आई। असी अपना अगे तो अगे असी इंप्रूव कर रहे हैं अपग्रेडेशन हो रही है पहला साढ़े को एक ड्राइव से असी एक तो दो की इस बार असी चार कर लिया हूँ असी अपना ऑनलाइन वर्क भी कर रहे हैं जोमैटो स्विगी से ऑनलाइन ऑर्डर एक्सैप्ट होंगे कंपनी के नाल साडा लिंक करवा के कंपनी ने साडा ऑनलाइन काम भी शुरू करवाया अपने आप वधिया बैटर फील हुंदा अपनी इनकम है अपनी मेहनत कर रहे हैं पैसा कमा रहे हैं कुछ ना कुछ घर दे विच भी नवा लैके आ रहे हैं फैमिली नूं भी हुंदा कि चलो कम कर रहे अपना कर रहे वधिया गल है। फ्यूचर प्लानिंग मैम यही है स्टार्टिंग दे विच हुण स्टार्ट कीता सी हुण असी दो लड़के होर नाल असी इस बार ऐड कीते सी उह भी जरूरतमंद सी असी उहनां नूं नाल जोड़िया कि साडा भी इही सी वी चलो साडे नाल मिल के कोई चंगा बंदा कम करे। नैक्सट ईयर साडा इही है कि असी एक शॉप ते कोई पार्लर का ओपन करन दा सोच रहे हैं पार्लर ओपन करांगे आइसक्रीम का उस तो बाद असी जिवें साडे हुण असी चार जने कम कर रहे हैं नैक्सट टाइम असी सोच रहे हैं कि टीम नूं असी डबल जां ट्रिपल करिए सानूं जरूरत है जरूरतमंद कोई भी यंग मैन साडे नाल आ के मिले जिहनूं जरूरत है कम दी जिहड़ा मेहनत करना चाहुंदा अपने पंजाब दे विच रह के करना चाहुंदा विदाउट ईगो तो जिहड़ा बंदा अपनी ईगो मार के अपना रोग मार के साडे नाल लगना चाहुंदा असी उहदी बांह फड़नी चाहुंदे असी भी कहने कि असी किसी की हैल्प करिए साडी भी किसी ने की असी भी अगे किसी की हैल्प करिए। स्टार्टिंग दे विच साडा थ्री असी भी सोचते थे कि चलो बाहर चले जाने इतने ना नहीं सिस्टम नहीं है ये नहीं वो पर बाहर जाना कोई सल्यूशन तो नहीं है किसी भी गल का सल्यूशन अगर असी सिस्टम नूं ब्लेम करके बाहर चले जाइए असी बाहर चले जाने सिस्टम दे विच खराबी है सिस्टम किसी का बनाया होया नहीं है सिस्टम साडा अपना बनाया हो असी इत्थे रह के सिस्टम नूं सैट कर भी सकते अगर असी बाहर चले गए अज मैं चला जाऊँगा कल मैनू देख के दूजा चला जाऊगा तीसरा इवें चलता रहे मेरे हिसाब से पंजाब दे विच जिन्हें भी यंगस्टर है सारे बाहर चले जाएंगे पंजाब का बनूगा कि कौन रह जाएंगे साडे बजुर्ग रह जाएंगे इतने ये साडे अर्गियां नूं अगे आना पौ मेन प्रॉब्लम यह है कि साडा एजुकेशन सिस्टम इहो जिहा हो गया असी अपने इत्थे अपने घर दे विच रह के मेहनत करना नहीं चाहते मेन जिहड़ी प्रॉब्लम आ हरेक बंदा सोचदा कि मैनू इत्थे कम कर मैनू इह बोलूगा उह बोलूगा आपां बाहर जाके भी लेबर वर्क कर रहे हैं उत्थे कोई भी जाके कुर्सी ते नहीं बैठ रहा तुसीं भी जाणदे हो हरेक बंदा जाणदा हरेक बंदा उत्थे लेबर वर्क कर रहा है कोई डिलीवरी का कम कर रहा कोई पेट्रोल पंप से कम कर रहा हरेक बंदा इहो जिहे कम कर रहा अगर यही असी अपनी उही थिंकिंग नूं थोड़ा चेंज करके उही जो असी मेहनत उत्थे कर रहे हैं वो हार्डवर्क असी दूजे देश दे विच जाके करना अपने पंजाब दे विच करिए पंजाब दे विच सिस्टम भी सही होगा चेंजेस भी आउणगियां पहलां बोलदे हुंदे सी पंजाब सोने की चिड़ी है तो मैनू नहीं लगता कि पंजाब दे विच सोना तां किते रह ही नहीं गया चिड़ी रह चुकी है अगर ये हालात रहे तां चिड़ी भी खत्म हो जाणी असी अपना पंजाब छड्ड के बाहर जाण दा ना सोचिए अगर असी उत्थे हार्डवर्क करदे सी इत्थे भी हार्डवर्क करके अपना पैसा कमा सकते हैं असी यह ना सोचिए कि असी बाहर जाके सैट हो के असी अपनी लाइफ वधिया स्पेंड करांगे असी इत्थे रह के भी अपनी लाइफ स्पेंड कर सकते हैं हुण तुसी देख रहे हो अज के जो हालात चल रहे हैं सुसाइड भी हो रहे हैं किसी की वाइफ बाहर चली गई कोई खुद आप बाहर चला गया वाइफ नूं नहीं पिछे बुलाया कोई सुसाइड कर रहा है कोई कुछ कर रहा है भी इहो जिहे हालात अगर अपने पंजाब दे विच बने इन्हां नूं खत्म कर सकते हैं अगर असी करना चाहिए ये सानूं समझना पवेगा कि असी अपनी थोड़ी थिंकिंग नूं चेंज करके अपने काम वाल थोड़ा ध्यान दे के असी पंजाब दे विच अपनी हार्डवर्क करिए इत्थे काम करिए ते नवीं सेध भी मिले हर एक नूं साडी इही है कि असी देखो किसी नूं ज़्यादा असी प्रवचन तां दे नहीं सकते ना ही कोई साडी मन्नूगा साडी इही असी थिंकिंग दा काम शुरू कीता चलो असी अपना कर रहे हैं अपनी असी मेहनत कर रहे हैं सानूं देख के अगर एक तो दो भी चेंजेस किसी दे विच आए तां उही बहुत वड्डी गल्ल है।